ਅਮਨਪ੍ਰੀਤ ਕੌਰ ਅਕਾਲ ਚੈਨਲ ਵੇਖਣ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਹਾਜ਼ਰ ਹਾਂ ਲੋਕ ਸਭਾ ਚੋਣਾਂ ਤੇ ਆਧਾਰਿਤ ਪ੍ਰੋਗਰਾਮ ਲੈ ਕੇ ਜਿਸ ਦੇ ਵਿੱਚ ਪੰਜਾਬ ਤੇ ਅਸੀਂ ਨਜ਼ਰ ਮਾਰਾਂਗੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਾਂਗੇ ਅਤੇ 13 ਲੋਕ ਸਭਾ ਸੀਟਾਂ ਦੀ ਗੱਲ ਕਰਾਂਗੇ ਲੋਕਾਂ ਦੀ ਰਾਏ ਜਾਣਾਂਗੇ ਲੋਕਾਂ ਦੇ ਵਿਚਾਰ ਜਾਣਾਂਗੇ ਆਖਿਰ ਉਹ ਕੀ ਚਾਹੁੰਦੇ ਨੇ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪਟਿਆਲਾ ਸੀਟ ਦੀ ਪੰਜਾਬ 'ਚ 13 ਲੋਕ ਸਭਾ ਸੀਟਾਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਜਦਕਿ ਕੁਝ ਸੀਟਾਂ 'ਤੇ ਉਮੀਦਵਾਰ ਉਤਾਰਨੇ ਹਲੇ ਬਾਕੀ ਨੇ ਸੋ ਸਭ ਤੋਂ ਪਹਿਲਾਂ ਗੱਲ ਅਸੀਂ ਪਟਿਆਲਾ ਸ਼ਹਿਰ ਦੀ ਕਰਾਂਗੇ ਪਟਿਆਲਾ ਲੋਕ ਸਭਾ ਸੀਟ ਇਸ ਸ਼ਹਿਰ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਮੰਨਿਆ ਜਾਂਦਾ ਅਤੇ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ ਨੂੰ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਸੀਟ 'ਤੇ ਸੁਰਜੀਤ ਸਿੰਘ ਰੱਖੜਾ ਨੂੰ ਟਿਕਟ ਦਿੱਤੀ ਗਈ ਹੈ ਉੱਧਰ ਜੇਕਰ ਪੀਡੀਏ ਦੀ ਗੱਲ ਕੀਤੀ ਜਾਵੇ ਤਾਂ ਪੀਡੀਏ ਨੇ ਆਪਣੇ ਮਜ਼ਬੂਤ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਵਿਰੋਧੀਆਂ ਦਾ ਟਾਕਰਾ ਕਰਨ ਲਈ ਉਤਾਰ ਦਿੱਤਾ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਨੀਤਾ ਮਿੱਤਲ ਨੂੰ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੋ ਪਟਿਆਲਾ ਲੋਕ ਸਭਾ ਸੀਟ 'ਤੇ ਮੁਕਾਬਲਾ ਬਹੁਤ ਫਸਮਾ ਰਹਿਣ ਵਾਲਾ ਹੈ ਅਤੇ ਬਹੁਤ ਹੀ ਦਿਲਚਸਪ ਵੀ ਹੋਵੇਗਾ ਜੇਕਰ 2014 ਦੀ ਗੱਲ ਕੀਤੀ ਜਾਵੇ ਤਾਂ 2014 'ਚ ਡਾਕਟਰ ਧਰਮਵੀਰ ਗਾਂਧੀ ਨੇ ਪ੍ਰਨੀਤ ਕੌਰ ਨੂੰ ਬੁਰੀ ਤਰ੍ਹਾਂ ਹਰਾਇਆ ਸੀ ਅਤੇ ਇੱਕ ਵਾਰ ਫਿਰ ਤੋਂ ਡਾਕਟਰ ਗਾਂਧੀ ਅਤੇ ਪ੍ਰਨੀਤ ਕੌਰ ਆਹਮੋ ਸਾਹਮਣੇ ਚੋਣ ਮੈਦਾਨ ਦੇ ਵਿੱਚ ਨੇ ਹੁਣ ਗੱਲ ਕਰਦੇ ਹਾਂ ਸਿਆਸੀ ਸਮੀਕਰਨ ਦੀ ਜੋ ਕਿ ਸਮੇਂ ਸਮੇਂ ਸਿਰ ਬਦਲਦੇ ਰਹਿੰਦੇ ਨੇ 1996 ਅਤੇ 1998 'ਚ ਅਕਾਲੀ ਦਲ ਜੇਤੂ ਰਿਹਾ ਸੀ ਜਦਕਿ 1999 ਤੋਂ 2009 ਤੱਕ ਕਾਂਗਰਸ ਜਿੱਤਦੀ ਰਹੀ ਅਤੇ 2014 'ਚ ਆਪ ਦੀ ਜਿੱਤ ਹੋਈ ਸੀ ਜਦਕਿ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਅਤੇ ਅਕਾਲੀ ਦਲ ਦੇ ਉਮੀਦਵਾਰ ਦਪਿੰਦਰ ਸਿੰਘ ਢਿੱਲੋਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਅਤੇ ਆਪ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੂੰ ਲੋਕਾਂ ਨੇ ਜਿਤਾ ਕੇ ਸਾਂਸਦ ਬਣਾਇਆ ਸੀ ਪਹਿਲਾਂ ਇੱਥੋਂ ਦੇ ਮੌਜੂਦਾ ਸਾਂਸਦ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਕਰ ਲੈਂਦੇ ਹਾਂ ਜੋ ਕਿ 2014 ਦੇ ਵਿੱਚ ਵੀ ਜਿੱਤੇ ਸੀ ਅਤੇ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਟਿਕਟ ਲੈ ਕੇ ਚੋਣ ਮੈਦਾਨ ਦੇ ਵਿੱਚੋਂ ਉਤਰੇ ਸਨ ਡਾਕਟਰ ਧਰਮਵੀਰ ਗਾਂਧੀ ਨੇ ਆਪਣੇ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਕੀਤੀ ਸੀ ਅਤੇ ਪੇਸ਼ੇ ਵਜੋਂ ਡਾਕਟਰ ਧਰਮਵੀਰ ਗਾਂਧੀ ਨੇ 2014 ਦੇ ਵਿੱਚ ਆਮ ਆਦਮੀ ਪਾਰਟੀ ਦਾ ਹੱਥ ਫੜਿਆ ਸੀ ਡਾਕਟਰ ਧਰਮਵੀਰ ਗਾਂਧੀ ਨੇ 2014 ਦੇ ਵਿੱਚ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਕੀਤੀ ਸੀ ਉਸ ਸਮੇਂ ਆਮ ਆਦਮੀ ਪਾਰਟੀ ਸਰਗਰਮ ਸੀ ਅਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਪੈਰ ਧਰਿਆ ਅਤੇ ਲੋਕ ਸਭਾ ਸੀਟ ਦੇ ਲਈ ਪਟਿਆਲਾ ਤੋਂ ਉਹਨਾਂ ਨੂੰ ਟਿਕਟ ਮਿਲੀ ਜਿਸ ਤੋਂ ਬਾਅਦ ਸੀਟ ਜਿੱਤ ਕੇ ਉਹਨਾਂ ਨੇ ਪਾਰਟੀ ਦੀ ਝੋਲੀ ਪਾਈ ਪਰ ਡਾਕਟਰ ਧਰਮਵੀਰ ਗਾਂਧੀ ਅਤੇ ਆਮ ਆਦਮੀ ਪਾਰਟੀ ਦਾ ਸਾਥ ਬਹੁਤੀ ਦੇਰ ਨਾ ਚੱਲਿਆ ਉਹ ਪਾਰਟੀ ਤੋਂ ਵੱਖ ਹੋ ਗਏ ਪਾਰਟੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਅਤੇ ਆਮ ਆਦਮੀ ਪਾਰਟੀ ਤੋਂ ਅਲੱਗ ਹੋ ਕੇ ਡਾਕਟਰ ਧਰਮਵੀਰ ਗਾਂਧੀ ਨੇ ਆਪਣੀ ਨਵੀਂ ਪਾਰਟੀ ਬਣਾਈ ਜਿਸਦਾ ਨਾਮ ਹੈ ਨਵਾਂ ਪੰਜਾਬ ਪਾਰਟੀ ਅਤੇ ਹੁਣ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਡਾਕਟਰ ਧਰਮਵੀਰ ਗਾਂਧੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਡਾਕਟਰ ਗਾਂਧੀ ਦੀ ਸੰਸਦੀ ਕਾਰਗੁਜ਼ਾਰੀ ਅਤੇ ਆਪਣੇ ਹਲਕੇ ਦੇ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ 'ਤੇ ਇੱਕ ਨਜ਼ਰ ਮਾਰਦੇ ਹਾਂ ਡਾਕਟਰ ਧਰਮਵੀਰ ਗਾਂਧੀ ਨੇ 5 ਸਾਲ ਦੇ ਵਿੱਚ ਪਟਿਆਲਾ ਲੋਕ ਸਭਾ ਹਲਕੇ ਦੇ ਲੋਕਾਂ ਦੇ ਲਈ ਕੀ ਕੀਤਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਇਸ ਲਈ ਡਾਕਟਰ ਧਰਮਵੀਰ ਗਾਂਧੀ ਦੇ ਸੰਸਦੀ ਕਾਰਗੁਜ਼ਾਰੀ ਅਤੇ ਉਹਨਾਂ ਦੇ ਆਪਣੇ ਹਲਕੇ ਦੇ ਵਿਕਾਸ ਦੇ ਕਾਰਜਾਂ ਬਾਰੇ ਵੀ ਜਾਣਦੇ ਹਾਂ ਲੋਕ ਸਭਾ ਦੀ ਵੈਬਸਾਈਟ ਦੇ ਮੁਤਾਬਕ 5 ਸਾਲ 'ਚ ਡਾਕਟਰ ਧਰਮਵੀਰ ਗਾਂਧੀ ਦੀ ਸਦਨ ਦੇ ਵਿੱਚ ਹਾਜ਼ਰੀ 55% ਰਹੀ ਹੈ ਸਾਲ 2014 ਦੇ ਵਿੱਚ ਸੰਸਦ ਮੈਂਬਰ ਬਣਨ ਮਗਰੋਂ ਉਹਨਾਂ ਕੁੱਲ 149 ਸਵਾਲ ਪੁੱਛੇ ਡਾਕਟਰ ਧਰਮਵੀਰ ਗਾਂਧੀ ਨੇ ਪਾਰਲੀਮੈਂਟ ਵਿੱਚ ਬੈਠਣ ਨਾਲੋਂ ਹਲਕੇ ਦੇ ਵਿੱਚ ਵਿਚਰਨ ਨੂੰ ਜ਼ਿਆਦਾ ਤਰਜੀਹ ਦਿੱਤੀ ਉਹ ਸ਼ਹਿਰੀ ਵਿਕਾਸ ਅਤੇ ਰੇਲਵੇ ਸਮੇਤ 3 ਸੰਸਦੀ ਕਮੇਟੀਆਂ ਦੇ ਮੈਂਬਰ ਵੀ ਰਹੇ ਸੰਸਦ ਮੈਂਬਰਾਂ ਨੂੰ ਉਹਨਾਂ ਦੇ ਹਲਕੇ ਦਾ ਵਿਕਾਸ ਕਰਨ ਦੇ ਲਈ ਸਾਲਾਨਾ 5 ਕਰੋੜ ਰੁਪਏ ਮਿਲਦੇ ਨੇ ਡਾਕਟਰ ਧਰਮਵੀਰ ਗਾਂਧੀ ਨੇ ਆਪਣੇ ਹਲਕੇ ਦੇ ਵਿਕਾਸ ਦੇ ਲਈ 25.14 ਕਰੋੜ ਰੁਪਏ ਦੀ ਮੰਗ ਕੀਤੀ ਸੀ ਜਿਨ੍ਹਾਂ ਦੇ ਵਿੱਚੋਂ ਉਹਨਾਂ ਦੇ ਖਾਤੇ ਦੇ ਵਿੱਚ 25.65 ਕਰੋੜ ਰੁਪਏ ਆਏ ਡਾਕਟਰ ਧਰਮਵੀਰ ਗਾਂਧੀ ਨੇ ਇਸ ਦੇ ਵਿੱਚੋਂ 24.88 ਕਰੋੜ ਰੁਪਏ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਉੱਤੇ ਖਰਚ ਕੀਤੇ ਜਦਕਿ 70 ਲੱਖ ਰੁਪਏ ਬਚ ਗਏ ਉਹਨਾਂ ਆਪਣੇ ਫੰਡਾਂ ਦਾ 97.53 ਹਿੱਸਾ ਖਰਚ ਕਰ ਦਿੱਤਾ ਇਸ ਤੋਂ ਇਲਾਵਾ ਡਾਕਟਰ ਧਰਮਵੀਰ ਗਾਂਧੀ ਵੱਲੋਂ ਕਿਸਾਨਾਂ ਦਾ ਮੁੱਦਾ ਅਤੇ ਹੋਰ ਮੁੱਦੇ ਵੀ ਜ਼ੋਰਾਂ ਸ਼ੋਰਾਂ ਦੇ ਨਾਲ ਲੋਕ ਸਭਾ ਦੇ ਵਿੱਚ ਉਠਾਏ ਗਏ ਸੀ ਅਤੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਡਾਕਟਰ ਧਰਮਵੀਰ ਗਾਂਧੀ ਨੇ ਬੁਲੰਦ ਕੀਤੀ ਸੀ ਬੇ ਅਲੱਗ ਅਲੱਗ ਜਗ੍ਹਾ ਪੇ ਇੱਕ ਜੋ ਧਾਰਮਿਕ ਹਮਾਰੀ ਇੱਕ ਸੈਕੂਲਰ ਕੈਰੈਕਟਰ ਥਾ
जो एक धर्म निरपेक्ष चित्त था देश का, जो उस पर हमले हो रहे हैं देश के अलग अलग भागों में। मैं नहीं कहता ये सरकार करवा रही है, पर जो सरकार थे, सरकार जो उनके खिलाफ सख्त कार्रवाई नहीं कर रही और जो अपना वो दृढ़ निश्चय इस देश के धर्म निरपेक्ष चित्र को बचाने के लिए जो सरकार को सख्त कदम उठाने चाहिए, उन शक्तियों के खिलाफ जो देश में धर्मांधता फैला रहे हैं, जो देश में हमारे धर्म निरपेक्ष चित्रों खतरा बने हुए हैं, तो ये सब देश का जो अल्पसंख्यक है वो जिस भय के माहौल में रह रहे हैं, वो जिस डर के माहौल में रह रहे हैं, और जैसे चर्चे जलाई जा रही हैं, जैसे अलग अलग जगह पे उनके खिलाफ बयान दिए जा रहे हैं बड़ी बड़ी भड़काने वाली मुद्रा में, उन सबके खिलाफ सरकार ने जो कार्रवाई करनी चाहिए उस दिन कठोर होना चाहिए। प्रधानमंत्री ने बयान दिया, हम उसका स्वागत करते हैं, पर जो कठोर कार्रवाई होनी चाहिए उन तत्वों के खिलाफ जो देश को बर्बाद करने के बांटने के लिए तुले हैं, वो हम उसके खिलाफ है सर। दरअसल वो किसान नहीं है, वो उनका आज किसान की एक समुची परत नहीं है, अलग अलग परतें हैं। जो बड़ा किसान है, जो धनी किसान है, वो अकेला किसान नहीं है, उसके पास पेट्रोल पंप है, उसके पास शेलर है, उसके पास ट्रांसपोर्ट है, उसके आमदन के और साधन बहुत हैं, वो अकेला खेती पर निर्भर नहीं करता। तो सभी लोग ये इनकी राजनीतिक मजबूरी है, और इनकी ये क्योंकि ये जन आधार है, इनका वोट बैंक है, उसके लिए बात करते हैं। दरअसल ये अपने आप में किसान नहीं है, इसीलिए आज तक जो सभी मुख्य पार्टी रही हैं मिलाकर क्षेत्रीय पार्टियों से, जो आज किसान की हालत है देश में सर, वो इन्हीं पार्टियों के कारण ये हालत बनी है। अगर 3 लाख लोग 1995 से लेकर आज तक खुदकशी कर चुके हैं, और हजारों लोग हर साल खुदकशी कर रहे हैं, और किसान जिस विपदा में जिस संकट में गुजर रहा है, और जो जितना आधा किसान 80 मिलियन जो फार्मिंग फैमिलीज हैं उनमें 40 मिलियन गंभीर कर्ज का शिकार हैं, तो ये अचानक नहीं हुआ, आज नहीं हुआ, ये सब इन दोनों पार्टियों की, चाहे वो यूपी है चाहे वो एनडीए है, उनकी जो नीतियां नहीं है उसी कारण ये हुआ है। हुण गल कर लैने आ परनीत कौर दे सफर दी। महाराणी परनीत कौर जो कि मुख्यमंत्री कैप्टन अमरिंदर सिंह दी पत्नी ने, उन्होंने मुड़ तो कांग्रेस पार्टी वालों टिकट दी गई है, मुड़ तो चोन मैदान दे विच उतारा गया, एक बार फिर पार्टी ने उन्होंने विश्वास जताया। काबले जिक्र है कि पहला उन्होंने MP डॉक्टर धर्मवीर कांधी वालों वड्डे फर्क दे नाल हराया गया सी। परनीत कौर नू करारी हार मिली सी, पर इस बार परनीत कौर का कहना है कि वह जरूर जीतणगे। नाल ही उन्होंने अपने विरोधियों नू भी बहुत लंबे हथी लिया। उन्होंने कहा कि उन्होंने सरकार जो वादे करती है वह जरूर पूरे होंगे ने। इस तो इलावा परनीत कौर ने अपने विरोधियों से ठोकवें जवाब देंदे कहा कि उन्होंने सुनना जरूर चाहिए पर करना उ चाहिए जो कि तुहाडे अखां दे सामने है। बहुत वधिया हंगारा मिलेगा क्योंकि सारे जेडे वर्कर ने पूरे हल्के दे साडे वर्कर कांग्रेस पार्टी के परिवारिक मैंबर ये सारे अज इत्थे होणगे ता ए शुरुआत होएगी। बाकी वैसे तो चोन मुहिम तो शुरू होई हुई है, पिंड पिंड कवर हो गया, और मेरे ख्याल से MLA साहब अगली रणनीति बनाएंगे। मैं तो आऊँगी पर इतों की जेडे जिम्मेवार ने सारे साढ़े MLA साहब की टीम ये पूरा जोरों शोरों के नाल करेंगे। पंजाब च खेरू खेरू हुई आम आदमी पार्टी ने लोग सभा सीट के लिए पटियाला तो नीना मित्तल नू चोन मैदान दे विच उतारिया। बहुत मुशक्कत तो बाद आम आदमी पार्टी ने पटियाला सीट तो अपने उम्मीदवार का नाम ऐलानिया, जबकि डॉक्टर धर्मवीर गांधी पहला आम आदमी पार्टी तो इस सीट ते लड़े सन, उन्होंने जीत के इस सीट नू पार्टी की झोली विच भी पाया सी। गांधी ते भरोसा जताया गया सी पर ओह भरोसा ज़्यादा देर ना रहा, डॉक्टर धर्मवीर गांधी ने पार्टी का साथ छड्ड दिता। पार्टी ने हुण अपने नवे उम्मीदवार नीना मित्तल नूं टिकट दे के विरोधियों नूं टक्कर देण दे लई चोण मैदान दे विच उतार दिता। दस दिए कि राजपुरा नाल संबंधित नीना मित्तल पार्टी दे ट्रैड विंग पंजाब दी प्रधान है, पंजाबी यूनिवर्सिटी तो पटियाला तो ग्रैजुएट ने। इस तों बाद उह पंजाब दे विच काफ़ी धार्मिक अते समाजिक संस्थावां दे नाल भी काम करते ने। साडी आम आदमी पार्टी की ताकत ही यही है कि असी सिंपल घर चो आके बड़े तो बड़े किले फतेह कर सकते। साडी जो इन्होंने कांग्रेस वाले ने की किया हूँ तक सरकार बनी है पंजाब
ਕੀ ਕੀਤਾ ਹੈ, ਨਸ਼ੇ ਅਲੱਗ ਵਿਕ ਰਹੇ ਨੇ, ਨੌਕਰੀਆਂ ਬੱਚਿਆਂ ਨੂੰ ਨਹੀਂ ਮਿਲ ਰਹੀਆਂ, ਜੋ ਵਾਅਦੇ ਕੀਤੇ ਸੀ ਕਰਜ਼ੇ ਮਾਫੀ ਦੇ ਕੀਤੇ ਸੀ, ਦੇਖ ਲਓ ਤੁਸੀਂ ਕਿਸਾਨ ਮਰ ਰਹੇ, ਵਪਾਰੀਆਂ ਦਾ ਬੁਰਾ ਹਾਲ ਹੈ। ਪਿੱਛੇ ਜੇ ਅਸੀਂ ਖੰਨਾ ਮੰਡੀ ਵਿੱਚ ਮੀਟਿੰਗ ਕੀਤੀ ਤਾਂ ਵਪਾਰੀਆਂ ਨੇ ਕਿਹਾ ਕਿ ਹੁਣ ਬਸ ਸਰਕਾਰ ਸ਼ਾਇਦ ਇਹ ਦੇਖ ਰਹੀ ਹੈ ਕਿ ਵਪਾਰੀ ਵੀ ਕਿਸਾਨਾਂ ਵਾਂਗੂ ਫਾਹੇ ਲੈਣ ਲੱਗ ਜਾਣ, ਅਤੇ ਇਸ ਕਰਕੇ ਸਾਨੂੰ ਕੋਈ ਡਰ ਹੀ ਨਹੀਂ ਹੈ ਸਾਡੇ, ਅਸੀਂ ਤਾਂ ਇਹਨਾਂ ਨੂੰ ਗਿਣਦੇ ਹੀ ਨਹੀਂ ਹੈ ਵੀ ਕੁਛ ਹੈ। ਡਾਕਟਰ ਗਾਂਧੀ ਜਿੱਤੇ ਹੈ, ਡਾਕਟਰ ਗਾਂਧੀ ਉਸ ਟਾਈਮ ਝਾੜੂ ਦੀ ਹਵਾ ਸੀ, ਜੇ ਮੈਂ ਜੇ ਕਹਾਂ ਮੈਂ ਆਪੇ ਜਿੱਤ ਜੂੰਗੀ, ਨਹੀਂ, 80% 90% ਪਾਰਟੀ ਦਾ ਹੁੰਦਾ, ਉਦੋਂ ਝਾੜੂ ਦੀ ਹਵਾ ਹੀ ਇੰਨੀ ਸੀਗੀ ਉਸ 'ਚ ਡਾਕਟਰ ਗਾਂਧੀ ਜੀ। ਹੁਣ ਗੱਲ ਕਰ ਲੈਂਦੇ ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੀ। ਅਕਾਲੀ ਦਲ ਦੀ ਪੰਜਾਬ 'ਚ ਕੀ ਸਥਿਤੀ ਹੈ ਇਸ ਤੋਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣੂ ਨੇ। ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲੇ ਦੇ ਵਿੱਚ ਬਾਦਲਾਂ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਦਲ ਪ੍ਰਤੀ ਲੋਕਾਂ ਦੇ ਵਿੱਚ ਬੇਹੱਦ ਗੁੱਸਾ, ਲੋਕਾਂ ਦੇ ਮਨਾਂ ਦੇ ਵਿੱਚ ਨਾਰਾਜ਼ਗੀ ਭਰੀ ਪਈ ਹੈ, ਜਿਸ ਨੂੰ ਲੈ ਕੇ ਉਹਨਾਂ ਦਾ ਹਰ ਪਾਸੇ ਵਿਰੋਧ ਹੋ ਰਿਹਾ। ਪਰ ਅਕਾਲੀ ਦਲ ਲੀਡਰਾਂ ਦਾ ਕਹਿਣਾ ਹੈ ਕਿ ਉਹ ਵਿਕਾਸ ਦੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਣਗੇ ਅਤੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਣ ਦੀ ਗੱਲ ਵੀ ਆਖ ਰਹੇ ਨੇ। ਸਰਕਾਰ ਨੇ ਉਹਨਾਂ ਨੂੰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਅਕਾਲੀ ਦਲ ਦੇ ਲੀਡਰ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ, ਜਦਕਿ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਧੇ ਜਾ ਰਹੇ ਨੇ। ਰਾਹੁਲ ਗਾਂਧੀ ਹੁਣ ਪੂਰਾ ਭੱਜਿਆ ਹੋਇਆ, ਉਹਨੂੰ ਪਤਾ ਵੀ ਉਹਦੀ ਪੋਜੀਸ਼ਨ ਬਹੁਤ ਮਾੜੀ ਹੈ, ਅੱਜ ਉਹਨੂੰ ਆਪਣੇ ਆਪਣੀ ਸੀਟ 'ਤੇ ਵਿਸ਼ਵਾਸ ਨਹੀਂ ਹੈ, ਆਪਣੀ ਸਰਕਾਰ ਦੀ ਬਹੁਤ ਵੱਡੀ ਗੱਲ ਹੈ, ਅਤੇ ਉਹਨੂੰ ਆਪਣੀ ਸੀਟ 'ਤੇ ਵਿਸ਼ਵਾਸ ਨਹੀਂ ਕਿ ਮੈਂ ਜਿੱਤੂਗਾ ਜਾਂ ਨਾ ਜਿੱਤੂਗਾ। ਇਰਾਨੀ ਸਿਮਰਤੀ ਨੇ 5 ਸਾਲ ਕੰਮ ਕੀਤਾ ਉੱਥੇ ਪਿਛਲੀ ਵਾਰ ਹਾਰ ਕੇ, ਇਹ ਸਾਹਿਬ ਕਦੇ ਗਏ ਨਹੀਂ ਉੱਥੇ। ਸੋ ਬਹੁਤ ਬੜਾ ਫਰਕ ਹੈ, ਜਿਹੜਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਕਾਰਿਆਕਰਤਾ ਹੈ, ਉਹ ਦਿਨ ਰਾਤ ਕੰਮ ਕਰਦੇ ਨੇ, ਜਿੱਤ ਜਾਣ ਤਾਂ ਵੀ ਕੰਮ ਕਰਦੇ ਨੇ, ਹਾਰ ਜਾਣ ਤਾਂ ਵੀ ਕੰਮ ਕਰਦੇ ਨੇ। ਕਾਂਗਰਸ ਦਾ ਆ ਗਏ ਅਤੇ ਅਧੇਰ ਸਰਕਾਰ ਬਣੀ ਹੈ, 78 MLA ਨੇ ਉਹਨਾਂ ਕੋਲ, ਮੈਨੂੰ ਦੱਸ ਦਿਓ ਕਦੇ ਲੋਕਾਂ ਜਾਂਦੇ ਹੁਣ, ਸਿਵਾਏ ਆਪਸੀ ਲੜਾਈ ਤੋਂ ਹੋਰ ਕੋਈ ਤੀਆ ਕੰਮ ਹੈ? ਤਾਂ ਅਸੀਂ ਕਦੋਂ ਰੋਕਿਆ? ਅਸੀਂ 2 ਸਾਲ ਦੇ ਕਹਿ ਰਹੇ ਹਾਂ ਵੀ ਜੇ ਦਾਵੇਂ ਬਾਦਲ ਸਾਹਿਬ ਦਾ ਸਟੇਟਮੈਂਟ ਆਈ ਸੀ ਨਾ ਕਿ ਮੈਂ ਚੰਡੀਗੜ੍ਹ ਆਇਆ ਹੋਇਆ, ਆ ਕੇ ਫੜਨਾ ਵੀ ਫੜ ਲਓ, ਇੰਨਾ ਦਮ ਨਹੀਂ ਹੈ ਇਹਨਾਂ ਦੇ ਵਿੱਚ, ਜੇ ਜਿੱਦੇ ਇੰਨਾ ਦਮ ਹੋ ਗਿਆ ਨਾ ਫਿਰ ਅਸੀਂ ਮੰਨ ਲਾਂਗੇ ਇਹਨਾਂ ਨੂੰ, ਇਹ ਆਪਣੀ ਤਿਆਰੀ ਕਰਨ। ਹੁਣ ਮੇਰਾ ਖਿਆਲ ਹੈ ਵੀ 1000 ਬੰਦਾ ਇਕੱਠਾ ਹੋਇਆ ਹੈ, ਔਰ ਕਿੰਨੀ ਖੁਸ਼ੋ ਖੁਸ਼ੀ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ, ਇੱਥੋਂ ਪਤਾ ਲੱਗਦਾ ਹੈ ਕਿ ਕਿੰਨਾ ਲੋਕ ਚੰਗੇ ਬੰਦੇ ਨੂੰ ਅੱਗੇ ਆਉਣ ਦੇ ਵਿੱਚ ਕਿੰਨੀ ਖੁਸ਼ੀ ਮਹਿਸੂਸ ਕਰਦੇ ਨੇ। ਸੋ ਜੇ ਆਪਾਂ ਚੰਗੇ ਬੰਦੇ ਨੂੰ ਅੱਗੇ ਲਾਵਾਂਗੇ ਤਾਂ ਪਾਰਟੀਆਂ ਵੀ ਚੰਗੀਆਂ ਹੋਣਗੀਆਂ, ਵਧੀਆ ਹੋਣਗੀਆਂ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਚੰਗੇ, ਅੱਜ ਹਿੰਦੂ ਕਮਿਊਨਿਟੀ, ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿਣਾ ਕਿ ਲੋਕ ਮੋਦੀ ਸਾਹਿਬ ਦੇ ਉੱਤੇ ਇੰਨਾ ਵਿਸ਼ਵਾਸ ਕਰਦੇ ਨੇ ਕਿ ਅੱਜ ਸਾਰੀ ਹਿੰਦੂ ਕਮਿਊਨਿਟੀ ਸਾਡੇ ਨਾਲ ਜੁੜੀ ਹੋਈ ਹੈ। ਅੱਜ ਮੈਂ ਹੁਣ ਪਟਿਆਲੇ ਤੋਂ ਆਇਆ, ਮੇਰਾ ਖਿਆਲ ਹੈ ਵੀ ਉੱਥੇ ਕਿੱਡਾ ਕੁ ਬੜਾ ਇਕੱਠ ਸੀ, ਆ ਸਾਡੇ ਨਾਲ ਚੰਦਨ ਜੀ ਮੇਰੇ ਨਾਲ ਨੇ, ਮੇਰਾ ਖਿਆਲ ਰਿਕਾਰਡ ਤੋੜ ਸੀ, ਜਿਹੜੇ ਜ਼ਿੰਦਗੀ 'ਚ ਮੈਂ ਬੰਦੇ ਨੂੰ ਦੇਖੇ ਉਹ ਬੰਦੇ ਵੀ ਅੱਜ ਆ ਕੇ ਸਾਡੀਆਂ ਮੀਟਿੰਗਾਂ ਅਟੈਂਡ ਕਰਦੇ ਨੇ। ਇਹ ਤਾਂ ਸੀ ਉਮੀਦਵਾਰਾਂ ਦੀ ਗੱਲ ਕਿ ਸਮੇਂ ਸਮੇਂ 'ਤੇ ਜਿੱਤ ਦੇ ਦਾਅਵੇ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ। ਪਰ ਹੁਣ ਅਸੀਂ ਗੱਲ ਕਰਦੇ ਹਾਂ ਪਟਿਆਲਾ ਦੇ ਲੋਕਾਂ ਦੀ ਕਿ ਆਖਰ ਪਟਿਆਲਾ ਦੇ ਲੋਕਾਂ ਦੀ ਇਹਨਾਂ ਉਮੀਦਵਾਰਾਂ ਬਾਰੇ ਕੀ ਰਾਏ ਹੈ ਅਤੇ ਉਹ ਕਿਸ ਤਰੀਕੇ ਦੇ ਉਮੀਦਵਾਰ ਨੂੰ ਪਸੰਦ ਕਰਨਗੇ ਅਤੇ ਕਿਸ ਉਮੀਦਵਾਰ ਨੂੰ ਜਿਤਾਉਣਗੇ ਅਤੇ ਆਪਣਾ ਕੀਮਤੀ ਵੋਟ ਪਾ ਕੇ ਕਿਸ ਉਮੀਦਵਾਰ ਨੂੰ ਮੈਂਬਰ ਬਣਾਉਣਗੇ। ਦੇਖੋ ਜੀ, ਪਟਿਆਲਾ ਪਿਛਲੇ 10 ਸਾਲਾਂ ਦੇ ਵਿੱਚ ਬਹੁਤ ਪਛੜ ਕੇ ਰਹਿ ਗਿਆ, ਹੁਣ ਕੈਪਟਨ ਸਾਹਿਬ ਦਾ ਰਾਜ ਆਇਆ, ਕੈਪਟਨ ਸਾਹਿਬ ਪਟਿਆਲੇ ਤੋਂ ਨੇ, ਅਸੀਂ ਵੀ ਪਟਿਆਲੇ ਵਾਸੀਆਂ ਨੂੰ ਤਾਂ ਚਾਹੀਦਾ ਵੀ ਉਹ ਆਪਣਾ ਸਾਰਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਜਾਤ ਪਾਤ ਤੋਂ ਉੱਪਰ ਉੱਠ ਕੇ ਮਹਾਰਾਣੀ ਸਾਹਿਬ ਨੂੰ ਵੋਟ ਪਾਉਣ, ਜਿਹੜੀ ਪਟਿਆਲੇ ਦੀ ਪੁਰਾਣੀ 10 ਸਾਲ ਦੀ ਤਰੱਕੀ ਰੁਕੀ ਹੋਈ ਹੈ ਉਹ ਹੋ ਸਕੇ ਅਤੇ ਪਟਿਆਲਾ ਅੱਗੇ ਵੱਧ ਸਕੇ। ਕੈਂਡੀਡੇਟ ਵਧੀਆ ਹੋਣਾ ਚਾਹੀਦਾ, ਕੋਈ ਵੀ ਹੋਵੇ, ਯਾਨੀ ਕਿ ਪੱਖ ਦੇ ਵਿੱਚ ਖੜਾ ਹੋਣਾ ਚਾਹੀਦਾ ਹਮੇਸ਼ਾ, ਜਿਹੜਾ ਵਕਤ ਦੇ ਨਾਲ ਖੜੇ ਕੈਂਡੀਡੇਟ, ਉਹਦਾ ਕੋਈ ਫਾਇਦਾ ਜਿਹੜਾ ਇਕੱਲੀ ਸ਼ਕਲ ਦਿਖਾ ਕੇ ਮੁੜ ਕੇ ਆਵੇ ਨਾ ਜੀ। ਕੈਂਡੀਡੇਟ ਉਹੀ ਹੈ ਜਿਹੜਾ ਹਰ ਟਾਈਮ ਨਾਲ ਰਹੇ, ਬੰਦੇ ਦੀਆਂ ਮਜਬੂਰੀਆਂ ਸਮਝਦਾ ਰਹੇ, ਸਹੂਲਤਾਂ ਨੂੰ ਜਾਣਦਾ ਰਹੇ, ਉਹਨਾਂ ਨੂੰ ਵੀ ਇਹ ਚੀਜ਼ ਦੀ ਉਹਨੂੰ ਲੋੜ ਹੈ, ਕੈਂਡੀਡੇਟ ਉਹੀ ਚੰਗਾ ਹੁੰਦਾ। ਪਹਿਲੇ ਵੀ ਕਈ MP ਆਉਂਦੇ ਰਹੇ ਹੈ ਪਰ ਪਟਿਆਲੇ ਦਾ ਕੋਈ ਵਿਕਾਸ ਨਹੀਂ ਹੋਇਆ, ਪਟਿਆਲੇ ਦੀ ਜਿਹੜੀ ਸੜਕ ਜਾ ਰਹੀ ਹੈ ਰਾਜਪਾਲ ਰੋਡ 'ਤੇ ਅੰਡਰ ਬ੍ਰਿਜ ਨਹੀਂ ਬਣੇ ਇਹਨਾਂ ਦੇ, ਸਿਰਫ ਇੱਕੋ ਹੀ ਬ੍ਰਿਜ ਬਣਿਆ ਉਹ ਵੀ ਗਾਂਧੀ ਜੀ ਨੇ ਬਣਾਇਆ, ਇਸ ਕਰਕੇ ਅਸੀਂ ਕਹਿੰਦੇ ਕਿ ਪਟਿਆਲੇ ਦੀ ਜਿਹੜੀ ਸੜਕਾਂ ਹੈ ਕੁਛ ਹੋਰ ਹੈ ਇਹਨਾਂ ਦੀ ਡਿਵੈਲਪਮੈਂਟ ਵਾਸਤੇ, ਪਟਿਆਲੇ 'ਚ ਕੋਈ ਫੈਕਟਰੀ ਨਹੀਂ ਹੈ, ਇੰਪਲਾਇਮੈਂਟ ਬਹੁਤ ਹੈ, ਯੂਨੀਵਰਸਿਟੀਆਂ ਹੈਗੀਆਂ, ਬੱਚੇ ਪੜ੍ਹ ਕੇ ਆ ਜਾਂਦੇ ਪਰ ਫੈਕਟਰੀ ਕੋਈ ਵੀ ਨਹੀਂ ਹੈ, ਬੱਚੇ ਕੰਮ ਕਿੱਥੇ ਕੱਢਣਗੇ? ਇਸ ਕਰਕੇ ਸਰਕਾਰ ਨੂੰ ਜਿਹੜਾ ਵੀ ਚੁਣ ਕੇ ਨੁਮਾਇੰਦਾ ਆਵੇ ਉਹ ਜਨਤਾ ਦਾ ਧਿਆਨ ਰੱਖੇ, ਨਾ ਕਿ ਆਪਣਾ ਧਿਆਨ ਰੱਖੇ। ਉਮੀਦਵਾਰ ਦੇਖੋ ਜੀ, ਜਿਹੜਾ ਜਨਤਾ ਦੇ ਕੰਮ ਕਰੇ ਅਤੇ ਜਨਤਾ ਬਾਰੇ ਸੋਚੇ, ਨਾ ਕਿ ਅੱਜ ਤੱਕ ਜੋ ਵੀ ਮਾਹੌਲ ਰਿਹਾ, ਸਭ ਪਾਰਟੀਆਂ ਸਭ ਉਮੀਦਵਾਰ ਆਪਣੇ ਆਪਣੇ ਬਾਰੇ ਸੋਚਦੇ ਨੇ, ਜਨਤਾ ਬਾਰੇ ਕੋਈ ਨਹੀਂ ਸੋਚਦਾ। ਲੇਕਿਨ ਮੈਂ ਤੁਹਾਡੇ ਜ਼ਰੀਏ ਇੱਕ ਬੇਨਤੀ ਕਰਨਾ ਚਾਹੁੰਦਾ, ਕੋਈ ਵੀ ਸਰਕਾਰ ਆਵੇ
ਇੰਡੀਆ ਦੇ ਵਿੱਚ ਕਾਨੂੰਨ ਨੂੰ ਲਾਗੂ ਕਰੇ, ਜਿਹੜਾ ਕਾਨੂੰਨ ਲਾਗੂ ਹੋਜੂਗਾ ਤਾਂ ਇੰਡੀਆ ਦਾ ਸੰਵਿਧਾਨ ਵੀ ਮਾੜਾ ਨਹੀਂ, ਕੋਈ ਬੰਦਾ ਵੀ ਮਾੜਾ ਨਹੀਂ ਰਹਿਣਾ। ਕ੍ਰਾਈਮ ਕਰਨ ਵਾਲੇ ਨੂੰ ਸਹੀ ਸਜ਼ਾ ਮਿਲਣੀ ਚਾਹੀਦੀ ਹੈ, ਅਤੇ ਜਦੋਂ ਕਾਨੂੰਨ ਲਾਗੂ ਹੋਜੂਗਾ ਮੇਰਾ ਖਿਆਲ ਹੈ ਹਰ ਇੱਕ ਉਮੀਦਵਾਰ ਵੀ ਸੌਖਾ ਹੋਜੂਗਾ, ਲੋਕ ਵੀ ਸੌਖੇ ਹੋ ਜਾਣਗੇ। ਤਾਂ ਸੁਣਿਆ ਤੁਸੀਂ ਕਿ ਪਟਿਆਲਾ ਦੇ ਲੋਕ ਆਖਰ ਕੀ ਚਾਹੁੰਦੇ ਨੇ, ਕੀ ਹੈ ਪਟਿਆਲਾ ਦੇ ਲੋਕਾਂ ਦੀ ਰਾਏ। ਪਟਿਆਲਾ ਸ਼ਹਿਰ ਅਤੇ ਲੋਕ ਸਭਾ ਹਲਕੇ ਦੇ ਦੂਜੇ ਹਿੱਸਿਆਂ ਦੇ ਵਿਕਾਸ ਦੇ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ, ਅਤੇ ਲੋਕਾਂ ਨੇ ਵੀ ਇਹ ਗੱਲ ਸਾਫ਼ ਕਹਿ ਦਿੱਤੀ ਹੈ ਕਿ ਉਹਨਾਂ ਦਾ ਉਮੀਦਵਾਰ ਉਹੀ ਹੋਵੇਗਾ ਜੋ ਉਹਨਾਂ ਦੇ ਵਿਚਕਾਰ ਆ ਕੇ ਉਹਨਾਂ ਦੀ ਗੱਲ ਸੁਣੇਗਾ। ਇਸ ਲਈ ਕੈਪਟਨ ਦੇ ਸਾਹੀ ਸ਼ਹਿਰ ਪਰਿਵਾਰ ਦੇ ਬਾਵਜੂਦ ਵੀ ਸੰਸਦੀ ਹਲਕੇ ਦੇ ਲੋਕ ਅਕਸਰ ਹੀ ਤਕੜੇ ਸਿਆਸਤਦਾਨਾਂ ਨੂੰ ਧੋਬੀ ਭਟਕਾ ਦਿੰਦੇ ਨੇ। ਅਜਿਹੇ ਦੇ ਵਿੱਚ ਵੇਖਣ ਵਾਲੀ ਗੱਲ ਹੈ ਕਿ ਸੰਨ 1998 ਦੇ ਵਿੱਚ ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰੀ ਹਾਰ ਦਿੱਤੀ ਸੀ, ਅਤੇ ਸਾਲ 2014 ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੇ ਪਰਨੀਤ ਕੌਰ ਨੂੰ ਵੱਡੀ ਹਾਰ ਦਿੱਤੀ ਸੀ। ਪਰ ਇਸ ਵਾਰ ਸ਼ਾਹੀ ਸੰਸਦੀ ਹਲਕੇ ਦਾ ਸਿਆਸੀ ਦੰਗਲ ਉਮੀਦਵਾਰਾਂ ਦੇ ਨਾਲ ਹੀ ਗਰਮਾਇਆ ਹੋਇਆ। ਡਾਕਟਰ ਧਰਮਵੀਰ ਗਾਂਧੀ ਵੱਲੋਂ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ, ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਵਿਕਾਸ ਦੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਣਗੇ। ਉੱਧਰ ਪਰਨੀਤ ਕੌਰ, ਅਕਾਲੀ ਦਲ ਤੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਆਮ ਆਦਮੀ ਪਾਰਟੀ ਵੱਲੋਂ ਨੀਨਾ ਮਿੱਤਲ ਉਮੀਦਵਾਰ ਦੇ ਤੌਰ 'ਤੇ ਚੋਣ ਮੈਦਾਨ ਦੇ ਵਿੱਚ ਨੇ। ਹੁਣ 19 ਮਈ ਨੂੰ ਲੋਕਾਂ ਵੱਲੋਂ ਕਿਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਜਾਵੇਗਾ ਅਤੇ ਵੋਟਾਂ ਪਾਈਆਂ ਜਾਣਗੀਆਂ। ਇਸ ਦਾ ਨਤੀਜਾ ਤਾਂ 23 ਮਈ ਨੂੰ ਹੀ ਲੱਗੇਗਾ। ਆਖਰ ਲੋਕ ਕਿਸ ਉਮੀਦਵਾਰ ਨੂੰ ਜਿਤਾਉਂਦੇ ਨੇ? ਸੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਫਿਰ ਹਾਜ਼ਰ ਹੋਵਾਂਗੇ ਇੱਕ ਹੋਰ ਸੀਟ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।